ਅੱਲਾ ਫਰਮਾਉਂਦੇ ਨੇ ਅਸੀਂ ਇਹਨਾਂ ਜ਼ਾਲਮਾਂ ਵਾਸਤੇ ਅੱਗ ਤਿਆਰ ਕੀਤੀ ਹੈ ਨਾ, ਅਸੀਂ ਇਹਨਾਂ ਬੇਈਮਾਨਾਂ ਵਾਸਤੇ ਜਿਹੜੇ ਅੱਲਾ ਅਤੇ ਉਹਦੇ ਰਸੂਲ ਦੇ ਨਾ ਫਰਮਾਨ ਨੇ, ਅੱਲਾ ਅਤੇ ਉਹਦੇ ਰਸੂਲ ਦੇ ਬਾਗੀ ਨੇ ਨਾ, ਉਹਨਾਂ ਵਾਸਤੇ ਅਸੀਂ ਜਹੰਨਮ ਤਿਆਰ ਕੀਤੀ ਹੈ ਨਾ। ਅਲ ਖਰ ਜਨਾਬ ਉੱਥੇ ਰੋਣਗੇ ਚਿੱਲਾਣਗੇ ਇੱਕ ਦੂਸਰੇ ਨੂੰ ਜਨਾਬ ਵੇਖ ਵੇਖ ਕਰਕੇ, ਇਹਨਾਂ ਦੀ ਪੇਸ਼ ਨਹੀਂ ਜਾਏਗੀ ਨਾ, ਉੱਥੇ ਰੋਂਦਿਆਂ ਹੋਇਆ ਚਿੱਲਾਉਂਦਿਆਂ ਹੋਇਆ ਆਖਣਗੇ ਕੀ ਨਾ, ਇਹਨਾਂ ਦੀਆਂ ਜ਼ੁਬਾਨਾਂ ਵਿੱਚੋਂ ਨਿਕਲੇਗਾ। ਅੱਲਾ ਦੇ ਕੁਰਾਨ ਨੇ ਨਕਸ਼ਾ ਖਿੱਚਿਆ ਨਾ, ਕਹਿਣਗੇ ਰੱਬਨਾ ਅਬਸਰਨਾ ਵਸਮਿਨਾ ਫਰਜਨਾ ਨਮਲ ਸਾਲਿਹਾਂ ਇੰਨਾ ਮੁਕੀਨੂਨ। ਅੱਲਾ ਸੋਹਣਿਆ ਦੁਨੀਆ ਅੰਦਰ ਦੁਬਾਰਾ ਗੱਲ, ਇਹ ਅਰਸ਼ ਵਾਲਿਆ ਦੁਨੀਆ ਅੰਦਰ ਸਾਨੂੰ ਇੱਕ ਮਰਤਬਾ ਭੇਜ ਦੇਣਾ, ਅਸੀਂ ਨੇਕ ਅਮਲ ਕਰਕੇ ਆਈਏ, ਨਮਾਜ਼ੀ ਬਣ ਕੇ ਆਈਏ, ਤਹੱਜਦ ਗੁਜ਼ਾਰ ਬਣ ਕੇ ਆਈਏ, ਤੇਰੇ ਕੁਰਾਨ ਦੀਆਂ ਤਿਲਾਵਤਾਂ ਕਰਕੇ ਆਈਏ, ਰੋਜ਼ੇ ਰੱਖ ਕੇ ਆਈਏ, ਨਮਾਜ਼ਾਂ ਪੜ੍ਹ ਕੇ ਆਈਏ, ਮਗਰ ਉਦੋਂ ਹੁਕਮ ਹੋਏਗਾ ਨਾ 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 ਨਾ, ਤੁਹਾਡਾ ਇਹੋ ਹੀ ਮਸਕਨ ਹੈ, ਤੁਹਾਡਾ ਇਹੋ ਹੀ ਟਿਕਾਣਾ ਹੈ ਨਾ। ਉਦੋਂ ਫਿਰ ਆਖਣਗੇ ਮੌਲਾਨਾ ਨੇ ਤਰਜਮਾਨੀ ਫਰਮਾਈਏ, ਰੋ ਰੋ ਕੈਸਣ ਦੁਨੀਆ ਅੰਦਰ ਭੇਜ ਰੱਬਾ ਇੱਕ ਵਾਰੀ, ਮਨ ਕੁਰਾਨ ਹਦੀਸ ਨਬੀ ਦੀ ਕਰੀਏ ਤਾਬਿਆਦਾਰੀ, ਹੁਕਮ ਹੋਸੀ ਹੁਣ ਦੁਨੀਆ ਅੰਦਰ ਹਰਗਿਜ਼ ਮੂਲ ਨਹੀਂ ਜਾਣਾ, ਵਿੱਚ ਜਹੰਨਮ ਸਖਤ ਅਜ਼ਾਬਾਂ ਦਾਇਮ ਤੇਰਾ ਠਿਕਾਣਾ, ਉੱਥੇ ਹਮੇਸ਼ਗੀ ਫਿਰ ਹੋ ਜਾਏਗੀ, ਹਮੇਸ਼ਾ ਹਮੇਸ਼ ਜਹੰਨਮ ਅੰਦਰ ਰਹੇਗਾ ਨਾ। ਅੱਲਾਹੁ ਅਕਬਰ ਅੱਲਾ ਅੱਲਾ। ਅਤੇ ਮੈਂ ਕਬਰ ਦੇ ਬਾਰੇ ਅੰਦਰ ਦੱਸ ਰਿਹਾ ਸੀ ਨਾ, ਮੇਰੇ ਔਰ ਤੁਹਾਡੇ ਪਿਆਰੇ ਮਹਿਬੂਬ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੇ ਇਰਸ਼ਾਦ ਫਰਮਾਇਆ, ਮੇਰੇ ਨਬੀ ਸਹਾਬਾ ਇਕਰਾਮ ਰਿਜ਼ਵਾਨੁੱਲਾਹਿ ਅਲੈਹਿਮ ਅਜਮਾਈਨ ਦੀ ਮਜਲਸ ਦੇ ਅੰਦਰ ਅੱਲਾ ਦੇ ਪਿਆਰੇ ਨਬੀ ਖੁਤਬਾ ਇਰਸ਼ਾਦ ਫਰਮਾ ਰਹੇ ਨੇ, ਮੇਰੇ ਨਬੀ ਅਲੈਹਿ ਸਲਾਤੁ ਵਸਲਾਮ ਨੇ ਫਰਮਾਇਆ ਹੈ, ਆਪ ਨੇ ਫਰਮਾਇਆ ਸਹਾਬੀਓ ਕਬਰ ਯਾ ਤੇ ਜੰਨਤ ਦੀਆਂ ਕਿਆਰੀਆਂ ਵਿੱਚੋਂ ਇੱਕ ਕਿਆਰੀ ਏ, ਯਾ ਫਿਰ ਜਹੰਨਮ ਦੇ ਆਗੜਿਆਂ ਵਿੱਚੋਂ ਬਹੁਤ ਦਰਦਨਾਕ ਗੜਾ ਏ। ਜਿਸ ਬੰਦੇ ਵਾਸਤੇ ਕਬਰ ਜੰਨਤ ਬਣ ਗਈ, ਬਹਾਰਾਂ ਲੱਗ ਗਈਆਂ, ਮੌਜਾਂ ਲੱਗ ਗਈਆਂ, ਹਾਂਜੀ ਉਹਦੇ ਵਾਸਤੇ ਤੇ ਕਿਆਮਤ ਤੱਕ ਜੰਨਤ ਦੀਆਂ ਖੁਸ਼ਬੂਆਂ ਆਉਂਦੀਆਂ ਰਹਿਣ ਗਈਆਂ, ਜੰਨਤ ਦੇ ਹੁੱਲੇ ਆਉਂਦੇ ਰਹਿਣਗੇ, ਔਰ ਉਹ ਜਨਾਬ ਜੰਨਤ ਦੀਆਂ ਕਸਤੂਰੀਆਂ ਉਹਦੇ ਤੱਕ, ਜੰਨਤ ਦੀਆਂ ਨੇਮਤਾਂ ਉਹਦੇ ਤੱਕ ਪਹੁੰਚਾਈਆਂ ਜਾਣ ਗਈਆਂ, ਔਰ ਉਹਦੀਆਂ ਕਿਆਮਤ ਤੱਕ ਮੌਜਾਂ ਲੱਗ ਜਾਣ ਗਈਆਂ। ਅੱਲਾਹੁ ਅਕਬਰ ਅੱਲਾ ਅੱਲਾ। ਅਤੇ ਜਿਹੜਾ ਬੰਦਾ ਕਬਰ ਦੇ ਅੰਦਰ ਪਹਿਲੀ ਮੰਜ਼ਿਲ ਦੇ ਅੰਦਰ ਹੀ ਫਸ ਗਿਆ, ਉਹਦਾ ਜਨਾਬ ਅੱਲਾਹੁ ਅਕਬਰ ਅੱਲਾ ਅੱਲਾ ਅੱਲਾ, ਉਹਦੀ ਜਨਾਬ ਕਬਰ ਦੇ ਅੰਦਰ ਬਰਬਾਦੀ ਸ਼ੁਰੂ ਹੋ ਗਈ, ਉਹਨੂੰ ਜਨਾਬ ਸਵਾਲੋ ਜਵਾਬ ਨਾ ਆਏ, ਉਹਨੇ ਜਨਾਬ ਆਪਣੀ ਕਬਰ ਵਾਸਤੇ ਤਿਆਰੀ ਨਾ ਕੀਤੀ ਦੁਨੀਆ ਦੇ ਅੰਦਰ, ਉਹਦੇ ਵਾਸਤੇ ਜਨਾਬ ਕਿਆਮਤ ਦੀਆਂ ਦੀਵਾਰਾਂ ਤੱਕ ਅਜ਼ਾਬ ਹੁੰਦਾ ਰਹੇਗਾ, ਅਜ਼ਾਬਾਂ ਦੇ ਅੰਦਰ ਉਹ ਦੋ ਚਾਰ ਹੁੰਦਾ ਰਹੇਗਾ। ਅੱਲਾਹੁ ਅਕਬਰ ਅੱਲਾ ਅੱਲਾ ਅੱਲਾ। ਯਾਰੋ ਕਬਰ ਕਬਰ, ਮੈਂ ਤੂੰ ਅਸੀਂ ਭੁੱਲ ਗਏ ਕਬਰ ਨੂੰ, ਅਸੀਂ ਜਨਾਬ ਕਬਰ ਨੂੰ ਭੁੱਲ ਜਾਂਦੇ ਹਾਂ, ਲੇਕਿਨ ਕਬਰ ਸਾਨੂੰ ਨਹੀਂ ਭੁੱਲੀ, ਕਬਰ ਆਏ ਰੋਜ਼ ਬਿਲਾ ਨਾਗਾ ਮੈਨੂੰ ਤੁਹਾਨੂੰ ਯਾਦ ਕਰਦੀ ਹੈ। ਕਹਿੰਦੀ ਮੇਰੇ 'ਤੇ ਅਕੜ ਅਕੜ ਕੇ ਚੱਲਣ ਵਾਲੇ ਇਨਸਾਨ, ਮੇਰੇ 'ਤੇ ਜਨਾਬ ਅਕੜ ਅਕੜ ਕਰਕੇ ਚੱਲਣਾ, ਇੱਕ ਨਾ ਇੱਕ ਦਿਨ ਮੇਰੇ ਅੰਦਰ ਆਏਗਾ, ਮੈਂ ਤੈਨੂੰ ਜਨਾਬ ਤੇਰਾ ਮਿਲੀਆ ਮੇਟ ਕਰਕੇ ਰੱਖ ਦੇਵਾਂਗੀ, ਤੇਰੀਆਂ ਹੱਡੀਆਂ ਪਸਲੀਆਂ ਜਨਾਬ ਚੂਰ ਕਰਕੇ ਰੱਖ ਦੇਵਾਂਗੀ। ਮੌਲਾਨਾ ਨੇ ਕਿਹਾ, ਤਰਜਮਾਨੀ ਫਰਮਾਈ, ਕਹਿੰਦੇ ਜਨਾਬ ਕਬਰ ਕੀ ਕਹਿੰਦੀ ਹੈ ਨਾ? ਅੱਲਾਹੁ ਅਕਬਰ ਅੱਲਾ ਅੱਲਾ ਅੱਲਾ। ਕਬਰ ਆਉਂਦੀ, ਇਨਸਾਨ ਮੇਰੇ ਅੰਦਰ ਜਦੋਂ ਆਏਗਾ, ਮੈਂ ਤੈਨੂੰ ਜਨਾਬ, ਮੈਂ ਤੇ ਤਨਹਾਈਆਂ ਦਾ ਘਰ ਹਾਂ, ਮੈਂ ਠੋਇਆਂ ਤੇ ਸੱਪਾਂ ਦਾ ਘਰ ਹਾਂ। ਕਬਰ ਆਉਂਦੀ ਹੈ ਜਨਾਬ, ਮੇਰੇ ਅੰਦਰ ਇੱਕ ਨਾ ਇੱਕ ਦਿਨ ਆਏਗਾ, ਮੈਂ ਵਹਿਸ਼ਤ ਨਾਕ ਘਰ ਅੰਧੇਰਿਆਂ ਦੀ ਘਰ ਨਾ, ਮੇਰੇ ਅੰਦਰ ਅਗਰ ਤੂੰ ਰੋਸ਼ਨੀਆਂ ਚਾਹੁੰਦਾ ਹੈ, ਅਗਰ ਜਨਾਬ ਲਾਲਟਹਿਣਾ ਚਾਹੁੰਦਾ ਹੈ, ਅਗਰ ਮੇਰੇ ਅੰਦਰ ਜਨਾਬ ਬਲਬ ਚਾਹੁੰਦਾ ਹੈ ਨਾ, ਅਗਰ ਚਾਹੁੰਦਾ ਕਿ ਮੇਰੀ ਕਬਰ ਰੋਸ਼ਨ ਹੋ ਜਾਵੇ, ਫਿਰ ਅੱਲਾ ਦੇ ਕੁਰਾਨ ਦੀਆਂ ਤਿਲਾਵਤਾਂ ਕੀਤੀਆਂ ਕਰ, ਮੇਰੇ ਔਰ ਤੁਹਾਡੇ ਪਿਆਰੇ ਮਹਿਬੂਬ ਪੈਗੰਬਰ ਹਜ਼ਰਤ ਮੁਹੰਮਦ ਕਹਿ ਦਿਓ ਸੱਲੱਲਾਹੁ, ਬਸ ਬਾਤ ਆਖਰ ਤੇ ਆ ਗਈ। ਸੱਲੱਲਾਹੁ ਅਲੈਹਿ ਵਸੱਲਮ ਨੇ ਇਰਸ਼ਾਦ ਫਰਮਾਇਆ, ਜਿਹੜਾ ਬੰਦਾ ਰਾਤ ਸੌਣ ਲੱਗਿਆ ਸੂਰਤ ਮੁਲਕ ਦੀ ਤਿਲਾਵਤ ਕਰਦਾ, ਸੂਰਤ
ملک دی تلاوت کردہ ہے نا، سورت جناب بقرہ دی آخری آیات پڑھدا ہے نا، اسی طرح سورت واقعہ نو پڑھدا ہے، سورت سجدہ پڑھدا ہے نا، اللہ دے پیارے محبوب پیغمبر جناب محمد صلی اللہ علیہ وسلم نے ارشاد فرمایا، میرے محبوب علیہ الصلات والسلام نے فرمایا، آپ نے فرمایا اللہ اودی قبر دے اندر روشنی عطا فرما دے گا، اودی قبر نو نور نال منور فرما دے گا۔ سونے عمل بڑا چھوٹا جنہ ہے، اگر کر تو لوے تے تیری قبر روشن بن جاوے، اگر چاہنا ہے کہ میری قبر روشن ہو جاوے، پھر اے دنیا اندر چراغ لے کر کے جانا ہے، اے دنیا دے اندر روشنی لے کر کے جانی ہے۔ اگر میرے ویر دنیا دے اندر قرآن تو دور رہا، میرے نبی دے فرمان تو دور رہا، قیامت والے دن اللہ دا قرآن ہے نا، ادو جناب تو ایتھے اللہ تے ادھے نبی دے ذکر نو چھڑ دیتا، قیامت والے دن اللہ تینو چھڑ دے وے گا نا۔ قرآن بولیا وَمَنْ أَعْرَضَ عَنْ ذِكْرِي فَإِنَّ لَهُ مَعِيشَةً ضَنكًا وَنَحْشُرُهُ يَوْمَ الْقِيَامَةِ أَعْمَى۔ میرے ویرو دو اندھیا کر کے اٹھایا جائے گا، اس واسطے کر کے اے ادنا جے طالب علم دی فیصلہ بات تو آنے والے مہمان دی بات نو پکا لے، اگر چاہندے ہو کہ میرے واسطے اچھا سلوک ہوے، اگر چاہندے ہو کہ قبر میرے تواڑے نال اچھے معاملات کرے، تے پھر یارو دنیا دے اندر اپنی قبر واسطے تیاری کر لے، اپنی قبر واسطے جناب سفر لے، زیادہ سفر لے جانا، زیادہ سفر واسطے سامان لے جا، دنیا تو تیاری کر کے لے جانی ہے نا۔ اگر جناب دنیا دے اندر مرضیاں نال زندگی گزاردا رہیا، پھر یارو قبر دے اندر پچھتاوا کم نہیں آئے گا نا۔